ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਆ ਦਸੰਬਰ ਇਨਟੇਕ ਹਲੇ ਵੀ ਉਹਨਾ ਸਟੂਡੈਂਟਸ ਦੀ ਵੇਟ ਕਰ ਰਿਹਾ ਹੈ ਜਿਨ੍ਹਾਂ ਦੀ ਤਿਆਰੀ ਮੁਕੰਮਲ ਹੈ ਹਲੇ ਵੀ ਤੁਹਾਡੇ ਬ੍ਰਾਈਟ ਚਾਂਸਸ ਹੈ 골ਡਨ ਚਾਂਸ ਹੈ ਹਲੇ ਵੀ ਦਸੰਬਰ ਇਨਟੇਕ ਜਿਹੜੇ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਸੋ ਕਿਵੇਂ ਹਲੇ ਵੀ ਜੇ ਅਗਰ ਤੁਹਾਡੇ ਫੰਡਸ ਨੂੰ ਲੈ ਕੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਲੱਗ ਰਹੀ ਹੈ ਕੀ ਸਹੀ ਰਸਤਾ ਨਿਕਲ ਸਕਦਾ ਹੈ ਸੋ ਅੱਜ ਯੂਕੇ ਦੇ ਦਸੰਬਰ ਇਨਟੇਕ ਨੂੰ ਫੋਕਸ ਕਰਦਿਆਂ ਹੋਇਆ ਖਾਸ ਗੱਲਾਂ ਔਰ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਅਸੀਂ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਯੂਕੇ ਸਟੱਡੀ ਵੀਜ਼ दिसंबर इनटेकू पूरी जानकारी तो साझी करज तो वीजा एक्सपर्ट मिसिज वीना गोयल मैम सा ने बहुत बहुत स्वागत है मैम सत श्रीकाल सत श्रीकाल नमस्कार सारे ਜੀ ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ ਔਰ ਹਰ ਇੱਕ ਬੱਚੇ ਦੀ ਪ੍ਰੋਫਾਈਲ ਦੇਖ ਕੇ ਉਸ ਦੇ ਡਾਕੂਮੈਂਟਸ ਦੇਖ ਕੇ ਹੀ ਮੈਮ ਉਸ ਨੂੰ ਸਮਝਾ ਦਿੰਦੇ ਨੇ ਕਿ ਕੀ ਰਸਤਾ ਤੇਰੇ ਲਈ ਸਹੀ ਹੈ ਔਰ ਕਿਵੇਂ ਤੂੰ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਤੁਸੀਂ ਬਿਨਾ ਟਾਈਮ ਖਰਾਬ ਕੀਤੇ ਅੱਗੇ ਵਧੋ ਸੋ ਅੱਜ ਸਪੈਸ਼ਲੀ ਅਸੀਂ ਮੈਮ ਨੂੰ ਕਿਹਾ ਹੈ ਕਿ ਜਿਹੜੇ ਸਟੂਡੈਂਟਸ ਹਲੇ ਵੀ ਚਾਂਸ ਜਿਨ੍ਹਾਂ ਦਾ ਦਿਖਦਾ ਹੈ ਦਸੰਬਰ ਇਨਟੇਕ ਦੇ ਲਈ 스파우스 ਵੀਜ਼ਾ ਨੂੰ ਨਾਲ ਲੈ ਕੇ ਜਾਣਾ ਪਰ ਫੰਡਸ ਨੂੰ ਲੈ ਕੇ ਸ਼ਾਇਦ ਥੋੜੇ ਉਲਝਣ ਹੈ ਸੋ ਉਸ ਦੇ ਉੱਪਰ ਮੈਮ ਅੱਜ ਤੁਹਾਨੂੰ ਬਹੁਤ ਖਾਸ ਗੱਲਾਂ ਸਮਝਾਣਗੇ ਸੋ ਮੈਮ ਕੀ ਅੱਜ ਤੁਸੀਂ ਗਾਈਡ ਕਰਨਾ ਚਾਹੋਗੇ ਸਟੂਡੈਂਟਸ ਨੂੰ ਸਟੈਪ ਬਾਈ ਸਟੈਪ ਆਪਾਂ ਦੱਸਦੇ ਹੜਜੋਤ ਜਿਹੜੇ ਸਟੂਡੈਂਟਸ ਆਪਣੇ ਸਪਾਊਸ ਨਾਲ ਜਾਣਾ ਚਾਹੁੰਦੇ ਆ ਯੂਕੇ ਜੇ ਫਰਸਟ ਜੈਂਤੋਂ ਜਿਹੜਾ ਹੈ ਸਪਾਊਸ ਵੀਜ਼ਾ ਅਲਾਉਡ ਨਹੀਂ ਹੈ ਇਸ ਕਰਕੇ ਕੁਝ ਯੂਨੀਵਰਸਿਟੀਆਂ ਨੇ ਜਿਹੜਾ ਦਸੰਬਰ ਇਨਟੇਕ ਇੰਟਰੋਡਿਊਸ ਕਰਤਾ ਹੈ ਮਾਸਟਰਸ ਦਾ ਰਾਈਟ ਕਿਉਂਕਿ ਸਪਾਊਸ ਜਿਹੜਾ ਮਾਸਟਰਸ ਦੇ ਵਿੱਚ ਅਲਾਉਡ ਹੈ ਹੋਣ ਬੱਚਾ ਇਮੀਡੀਏਟ ਅਪਲਾਈ ਕਰ ਸਕਦਾ ਹੈ ਯੂਨੀਵਰਸਿਟੀਆਂ ਦੇ ਡੈਡ ਲਾਈਨ ਆ ਰਹੀਆਂ ਕਿਉਂਕਿ ਉਹਨਾਂ ਦੇ ਕੋਲ ਫਿਰ ਬੜਾ ਟਾਈਮ ਨਹੀਂ ਰਹਿਣਾ ਔਰ ਫਰਸਟ ਟਰਨ ਦੇ ਬਾਅਦ ਜਬ ਵੀਜ਼ਾ ਆਉਂਦਾ ਤੇ ਉਹ ਪ੍ਰੋਬਲਮ ਵੀ ਹੋਏਗੀ ਸਟੂਡੈਂਟਸ ਵਾਸਤੇ ਜੀ ਇਸ ਕਰਕੇ ਜਿਨ੍ਹਾਂ ਸਟੂਡੈਂਟਸ ਦਾ ਫਾਈਨੈਂਸ਼ੀਅਲ ਰੈਡੀ ਹੈ ਜਾਂ ਉਹ ਲੋਨ ਕਰਾ ਸਕਦੇ ਹੈ ਉਹ ਇਮੀਡੀਏਟ ਡਿਸੰਬਰ ਵਾਸਤੇ ਪਾਸ ਕਰਦੇ ਹੈ ਆਪਣੀ ਐਪਲੀਕੇਸ਼ਨ ਕਿਉਂਕਿ 1 ਮੰਥ 올ਡ ਫੰਡ ਚਾਹੀਦੇ ਹੈ ਜਾਂ ਲੋਨ ਜਿਹੜਾ ਫਰੈਸ਼ ਵੀ ਚੱਲ ਜਾਂਦਾ ਕਿਉਂਕਿ ਕਈ ਕੋਸ ਸਟੂਡੈਂਟਸ ਦਾ ਉਹ ਆਂਦਾ ਹੈ ਕੁਐਸਚਨ ਕਿ ਲੋਨ ਤੇ ਮੇਰਾ 28 ਦਿਨ ਪੁਰਾਣਾ ਨਹੀਂ ਹੋਣਾ ਲੋਨ ਦਾ 28 ਦਿਨ ਪੁਰਾਣੇ ਦਾ ਕੋਈ ਮਤਲਬ ਨਹੀਂ ਹੁੰਦਾ ਲੋਨ ਤੇ ਇੱਕ ਬੈਂਕ ਦਾ ਪੇਪਰ ਹੈ ਜਿੰਨੇ ਗਾਰੰਟੀ ਦਿੱਤੇ ਉਹ ਜਿਸ ਦਿਨ ਲਿਆ ਉਸ ਦਿਨ ਦੇ ਬਾਅਦ ਤੁਸੀਂ ਫਾਈਲ ਲਗਾ ਸਕਦੇ ਹੋ ਥੈਟ ਮੀਨਸ ਤੁਸੀਂ ਅਪਲਾਈ ਤੁਹਾਡੇ ਕੋਲ ਜਿਹੜਾ ਹੈ ਅਪਲਾਈ ਕਰਨ ਵਾਸਤੇ ਕਿਹੜੇ ਪੇਪਰ ਹੋਣੇ ਚਾਹੀਦੇ ਆ ਤੁਹਾਡੇ ਜਿਹੜੇ ਵੀ ਕੁਆਲੀਫਿਕੇਸ਼ਨ ਪੇਪਰ ਆ ਉਹਦੇ ਨਾਲ ਦੋ ਐਲਓਆਰ ਰੈਫਰੈਂਸ ਲੈਟਰ ਹੋਣੀ ਚਾਹੀਦੀ ਹੈ ਸਟੇਟਮੈਂਟ ਆਫ ਪਰਪਸ ਹੋਣਾ ਚਾਹੀਦਾ ਹੈ ਗੈਪ ਹੈ ਤਾਂ ਗੈਪ ਜਸਟੀਫਿਕੇਸ਼ਨ ਹੋਣਾ ਚਾਹੀਦਾ ਹੈ ਇਹ ਸਾਰੇ ਪੇਪਰਸ ਦੇ ਨਾਲ ਤੁਸੀਂ ਆਫਰ ਲੈਟਰ ਅਪਲਾਈ ਕਰੋਗੇ ਆਫਰ ਲੈਟਰ ਅਪਲਾਈ ਦੇ ਬਾਅਦ ਕੋਈ ਯੂਨੀਵਰਸਿਟੀ ਕੁਝ ਹਜ਼ਾਰ 2000 ਪਾਉਂਡ ਲੈਂਦੀ ਹੈ ਕੋਈ ਨਹੀਂ ਲੈਂਦੀ ਇੰਟਰਵਿਊ ਤੋਂ ਪਹਿਲਾਂ ਤੇ ਤੁਸ ਤੁਹਾਡਾ ਇੰਟਰਵਿਊ ਹੋਏਗਾ ਛੋਟਾ ਜਿਹਾ ਉਹੀ ਜਿਹੜੇ ਕੁਐਸਚਨ ਹੁੰਦੇ ਆ ਵਾਈ ਦਿਸ ਯੂਨੀਵਰਸਿਟੀ ਵਾਈ ਦਿਸ ਕੋਰਸ ਵਾਈ ਦ ਯੂਕੇ ਇਹ ਤਿੰਨ ਚਾਰ ਕੁਐਸਚਨ ਦੇ ਨਾਲ ਜਦ ਬੱਚੇ ਦਾ ਕਲੀਅਰ ਹੋ ਜਾਂਦਾ ਉਹ ਖੱਲੇ ਦੇਖਦੇ ਆ ਬੱਚੇ ਦਾ ਕੌਨਫੀਡੈਂਸ ਆ ਬੋਲਣ ਦਾ ਜਦ ਹੋ ਗਿਆ ਔਰ ਇੰਟਰਵਿਊ ਤੋਂ ਕੋਈ ਬੱਚਾ ਨਾ ਡਰੇ ਮੇਰੇ ਕੋਲ ਤੁਸੀਂ ਰਾਈਟਿੰਗ ਚ ਲੈ ਲਓ ਕੋਈ ਬੱਚਾ ਇੰਟਰਵਿਊ ਚ ਫੇਲ ਨਹੀਂ ਹੋ ਸਕਦਾ ਈਵਨ ਜਿਹੜੇ ਬੱਚੇ ਦੇ 5.5 ਬੈਂਡ ਹੈ ਕਿਉਂਕਿ ਯੂਕੇ ਦੇ ਵਿੱਚ 5.5 ਈਚ ਵਾਲਾ ਬੱਚਾ ਐਲੀਜੀਬਲ ਹੈ ਠੀਕ ਹੈ ਜਾਂ ਵਿਦਾਊਟ ਆਇਲਸ ਵੀ ਜਾ ਸਕਦਾ ਹੈ ਐਮਓਆਈ ਦੇ ਉੱਪਰ ਜੇ ਉਹਦੀ ਮੀਡੀਅਮ ਆਫ ਇਨਸਟ੍ਰਕਸ਼ਨ ਇੰਗਲਿਸ਼ ਹੈ ਜਿਹੜੇ ਬੱਚੇ ਦਾ ਥੋੜਾ ਜਿਹਾ ਕੌਨਫੀਡੈਂਸ ਹੈ 5.5 ਬੈਂਡ ਜਿੰਨਾ ਉਹਨਾਂ ਦੀ ਸਪੀਕਿੰਗ ਹੈ ਉਹ ਬੱਚਾ ਕਦੀ ਵੀ ਇੰਟਰਵਿਊ ਚ ਫੇਲ ਨਹੀਂ ਹੋ ਸਕਦਾ 100% ਅਸੀਂ ਤਿਆਰੀ ਕਰਾਉਂਦੇ ਆਂ। ਹੋਰ ਹੁਣ ਜਦ ਇੰਟਰਵਿਊ ਹੋ ਗਿਆ ਉਹਦੀ ਆਫਰ ਲੈਟਰ ਆ ਗਈ। ਜਾਂ ਆਫਰ ਲੈਟਰ ਦੇ ਬਾਅਦ ਇੰਟਰਵਿਊ ਹੋ ਗਿਆ। ਉਹਦੇ ਬਾਅਦ ਉਹ ਕਹਿੰਕੇ ਹੁਣ ਫੀਸ ਜਮ੍ਹਾਂ ਕਰਾਓ ਔਰ ਤੁਸੀਂ ਆਪਣੀ ਕੈਸ਼ ਲੈਟਰ ਲੈ ਲਓ। ਜਦ ਕੈਸ਼ ਆਏ ਉਹਦੇ ਬਾਅਦ ਵੀਜ਼ਾ ਫਾਈਲ ਵਾਸਤੇ ਤੁਸੀਂ ਰੈਡੀ ਹੋ। ਮੇਨ ਕੈਂਡੀਡੇਟ ਔਰ ਸਪਾਊਸ ਜਾਂ ਦੋਨੋਂ ਜਾ ਰਹੇ ਆ ਜਾਂ ਕੱਲਾ ਜਾ ਰਿਹਾ। ਦੋਨਾਂ ਦੀ ਹੈਲਥ ਇੰਸ਼ੋਰੈਂਸ ਜਾਏਗੀ। ਔਰ ਜੇ ਕੱਲਾ ਜਾ ਰਿਹਾ ਇਕੱਲੇ ਦੀ ਹੈਲਥ ਇੰਸ਼ੋਰੈਂਸ ਜਾਏਗੀ ਆਨਲਾਈਨ ਪਹਿਲੇ ਹੀ ਅਪਲਾਈ ਹੋ ਜਾਂਦੀ ਹੈ ਵੀਜ਼ਾ ਫੀਸ ਅਪਲਾਈ ਹੋ ਜਾਂਦੀ ਹੈ ਤੁਸੀਂ ਪ੍ਰਾਇੋਰਟੀ ਵਿੱਚ ਅਪਾਇੰਟਮੈਂਟ ਲੈਣੀ ਹੈ ਜਾਂ ਨਾਰਮਲ ਲੈਣੀ ਹੈ ਜਾਂ ਸੁਪਰ ਪ੍ਰਾਇੋਰਟੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਪਿੱਛੇ ਜਿਨ੍ਹਾਂ ਨੇ ਪ੍ਰਾਇੋਰਟੀ ਵਿੱਚ ਵੀ ਅਪਾਇੰਟਮੈਂਟ ਲਈ ਸੀਗੀ ਉਹਨਾਂ ਦੀ ਨਾਰਮਲ ਚ ਚਲੀ ਗਈ ਸੀ ਕਿਉਂਕਿ ਰਸ਼ ਬਹੁਤ ਜ਼ਿਆਦਾ ਸੀ ਬਟ ਇਸ ਟਾਈਮ ਰਸ਼ ਹਾਜੀ ਫਾਰ ਦਾ ਟਾਈਮਿੰਗ ਥੋੜਾ ਘਟ ਹੋ ਗਿਆ ਕਿਉਂਕਿ ਸੈਪਟੈਂਬਰ ਦਾ ਰਸ਼ ਬਹੁਤ ਜ਼ਿਆਦਾ ਸੀ ਇਹ ਜਿਹੜਾ ਪ੍ਰੋਸੀਜਰ ਟੋਟਲ ਪ੍ਰੋਸੀਜਰ ਹੈ ਔਰ ਇਹ ਬਹੁਤ ਟਾਈਮ ਟੇਕਿੰਗ ਪ੍ਰੋਸੀਜਰ ਨਹੀਂ ਹੈ 15 20 ਡੇਸ ਦਾ ਪ੍ਰੋਸੀਜਰ ਹੈ। ਤਾਂ ਦਸੰਬਰ ਤੋਂ ਪਹਿਲਾਂ ਵੀਜ਼ਾ ਤੁਹਾਡੇ ਹੱਥ ਚ ਹੋਏਗਾ। ਜੇ ਤੁਹਾਡਾ ਬੇਬੀ ਹੈ ਤੁਸੀਂ ਉਹਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ। ਇਹ ਬਹੁਤ ਅੱਛਾ ਇੱਕ ਮੌਕਾ ਹੈ। ਲਾਸਟ ਮੌਕਾ ਹੈ। ਜਿਹੜਾ ਕਿ ਸਪਾਊਸ ਵੀਜ਼ਾ ਦੇ ਨਾਲ ਫਰਸਟ ਜਨਵਰੀ ਤੋਂ ਸਪਾਊਸ ਵੀਜ਼ਾ ਬੰਦ ਹੋ ਰਿਹਾ ਬਟ ਤੁਸੀਂ ਇਹ ਦੇਖੋ ਜਿਹੜਾ ਅਸੀਂ ਸਰਵੇ ਕੀਤਾ ਇਸ ਦਾ ਮਾਲ ওভার ਇੰਡੀਆ ਦੇ ਵਿੱਚ ਯੂਕੇ ਦੀ ਐਪਲੀਕੇਸ਼ਨ ਬਹੁਤ ਜ਼ਿਆਦਾ ਨਿਕਲ ਰਹੀ ਹੈ। ਤੁਸੀਂ ਦੇਖੋ ਸਾਊਥ ਪੂਰਾ ਯੂਕੇ ਜਾ ਰਹੇ ਹੈ ਕਿਉਂਕਿ 1 ਇਅਰ ਦਾ ਕੋਰਸ 8 ਮੰਥਸ ਚ ਜਿਹੜਾ ਕੰਪਲੀਟ ਹੋ ਰਿਹਾ 4 4 ਮੰਥਸ ਦਾ 2 ਇਅਰਸ ਦਾ ਪੋਸਟ ਸਟਡੀ ਵਰਕ ਪਰਮਿਟ ਫੰਡਸ ਜਿਹੜੇ ਜਸਟ 28 ਡੇਜ਼ 올ਡ ਉਹਨਾਂ ਨੂੰ ਕੋਈ ਸੋਰਸ ਨਹੀਂ ਚਾਹੀਦਾ ਕੋਈ ਕੁਝ ਨਹੀਂ ਚਾਹੀਦਾ ਔਰ 2 ਇਅਰਸ ਦਾ ਪੋਸਟ ਸਟਡੀ ਵਰਕ ਪਰਮਿਟ ਮਿਲ ਰਿਹਾ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਨਾਲ ਐਕਸਪੋਜ਼ਰ ਲੈ ਸਕਦੇ ਹੋ ਜੌਬ ਚਾਂਸਸ ਬਹੁਤ ਅੱਛੇ ਮਿਲ ਰਹੇ ਇਸ ਕਰਕੇ ਯੂਕੇ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਉਹ इवन ਕਈ ਵਾਰੀ ਸਟੂਡੈਂਟ ਕਹਿੰਦਾ ਮੈਂ ਆਸਟ੍ਰੇਲੀਆ ਜਾਣਾ ਕੋਈ ਗੈਪ ਪੈ ਗਿਆ ਕੋਈ ਕੁਝ ਪੈ ਗਿਆ ਮੈਂ ਇਹੋ ਜੇ ਬਹੁਤ ਸਾਰੇ ਬੱਚੇ ਅਸਲੋ 7-8 ਸਾਲ ਪਹਿਲੇ ਵੀ ਯੂਕੇ ਜਾ ਕੇ ਇੱਕ ਸੈਮਿਸਟਰ ਕਰਾਇਆ ਦੋ ਸੈਮਿਸਟਰ ਕਰਾਏ ਉਹਦੇ ਬਾਅਦ ਅਸੀਂ ਮਾਸਟਰਸ ਵਾਸਤੇ ਆਸਟ੍ਰੇਲੀਆ ਪੇਸਤਾ ਫਾਊਂਡੇਸ਼ਨ ਕੋਰਸ ਕਰਾ ਕੇ ਉਹ ਵੀ ਚੀਜ਼ਾਂ ਰਹੀਆਂ ਜਸਟ ਸਟੂਡੈਂਟ ਜਿਹਦਾ ਬਹਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਬਾਈ ਚਾਂਸ ਨਹੀਂ ਹੋਇਆ ਜਾਂ ਘੱਟ ਖਰਚੇ ਦੇ ਵਿੱਚ ਯੂਕੇ ਦਾ ਐਕਸਪੋਜ਼ਰ ਲੈਣਾ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਤੁਸੀਂ ਇਹ ਦੇਖੋ ਜਦ ਆਪਾਂ ਬਾਹਰ ਜਾਂਦੇ ਆ ਤਾਂ ਆਪਣਾ ਬਹੁਤ ਜਿਹੜਾ ਆਪਣਾ ਹੀ ਵਿਵਹਾਰ ਹੈ ਜਾਂ ਆਪਣਾ ਜਿਹੜਾ ਕਮਿਊਨੀਕੇਸ਼ਨ ਸਕਿਲਸ ਹੈ ਆਪਣੀ ਪਰਸਨੈਲਿਟੀ ਉਹਦੇ ਵਿੱਚ ਬਹੁਤ ਫਰਕ ਪੈਂਦਾ ਹੈ ਮੈਂ ਕਹਿੰਦੀ ਹਾਂ ਇਹ ਹਰ ਬੰਦੇ ਵਾਸਤੇ ਜ਼ਰੂਰੀ ਹੈ ਐਬ੍ਰੋਡ ਐਜੂਕੇਸ਼ਨ ਥੋੜੇ ਟਾਈਮ ਦੀ ਉਹਦੇ ਬਾਅਦ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਸੈਟਲ ਹੋਣਾ ਵਾਪਸ ਆਣਾ ਜਾਂ ਦੂਜੀ ਕੰਟਰੀ ਜਾਣਾ ਜੀ ਠੀਕ ਹੈ ਬਿਲਕੁਲ ਸੋ ਮੈਨੂੰ ਪੂਰੀ ਉਮੀਦ ਹੈ ਸਟੂਡੈਂਟਸ ਨੂੰ ਕਲੈਰਟੀ ਹੋ ਚੁਕੀ ਹੈ ਦਸੰਬਰ ਇਨਟੇਕ ਨੂੰ ਲੈ ਕੇ ਹਲੇ ਵੀ ਬਹੁਤ ਸਾਰੀ ਆਪਸ਼ਨਸ ਹੈ ਸਟੂਡੈਂਟਸ ਕੋ ਸਪੈਸ਼ਲੀ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਲਗਾਤਾਰ ਲਾਸਟ ਚਾਂਸ 스ਪਾਊਸ ਵੀਜ਼ਾ ਲਈ ਤੁਸੀਂ ਆਪਣੇ ਬੇਬੀ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਵੀ ਆਪਾਂ ਲਾਸਟ ਚਾਂਸ ਮੰਨ ਸਕਦੇ ਹਾਂ ਸੋ ਜ਼ਰੂਰ ਟਾਈਮਲੀ ਇਹਨਾਂ ਆਪਸ਼ਨਸ ਦਾ ਫਾਇਦਾ ਲੈ ਸਕਦੇ ਹੋ ਅਗਰ ਤੁਹਾਨੂੰ ਹੋਰ ਵੀ ਕੋਈ ਡਾਊਟ ਹੈ ਤੁਸੀਂ ਆਪਣੀ ਪ੍ਰੋਫਾਈਲ ਨੂੰ ਲੈ ਕੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਨੈਵੀਗੇਟ ਇਸ ज ऑफिस आओ अपने डॉकूमेंट जरूर लैके आओ असैसमेंट करवाओ टाइमली सही प्रोसैसलए तीस अपना वीज़ा हासिल करो बहुत बहुत थैंक्स मैम तुम स्टूडेंट्स हमेशा ही राइट गाइडेंस दें हो और अज भी दिसंबर इनटेक नैके स्टूडेंट्स गाइड किया आई होप स्टूडेंट्स नौ सारे उन्होंने डाउट्स की कलैरिट मिल चुकी होएगी अगों भी असी स्टूडेंट्स लिए होर इनफोरमेटिव भीडियोज़ लैके आते रहेंगे फिलहाल ही सूजी इजाज़त थैंक यू सो मच थैंक यू